ਸਿੱਖ ਕੌਂਸਲ ਯੂਕੇ ਦੇ ਬੁਲਾਰੇ ਰਾਜਮਨ ਰਵਿੰਦਰ ਸਿੰਘ ਕੰਗ ਅਤੇ ਉਹਨਾਂ ਦੇ ਸਹਾਇਕ ਵਜੋਂ ਸਰਗਰਮ ਬੀਬੀ ਕਮਲਬੀਰ ਕੌਰ ਦੇ ਨਾਂ ਤੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਵਿੱਚ ਵਾਪਰ ਰਹੇ ਭਾਈਚਾਰਕ ਫਸਾਦਾਂ ਸਮੇਂ ਔਰਤਾਂ ਨੂੰ ਜਿਨਸੀ ਅਪਰਾਧਾਂ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖ ਕੌਂਸਲ ਇਸ ਦਾ ਸਖ਼ਤ ਵਿਰੋਧ ਕਰਦੀ ਹੈ। ਬੀਤੇ ਸਮੇਂ ਵਿੱਚ ਸਿੱਖ ਪਹਿਲਾਂ ਤੋਂ ਹੀ ਬੱਚੀਆਂ ਔਰਤਾਂ ਦੀ ਮਦਦ ਕਰਦੇ ਆਏ ਨੇ। ਬੀਤੇ ਸਾਲ ਵੀ ਜਦੋਂ ਭਾਰਤ ਨੇ ਕਸ਼ਮੀਰ ਦੀ ਧਾਰਾ 370 ਰੱਦ ਕਰਕੇ ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਖੋ ਲਏ ਸਨ ਤਾਂ ਭਾਰਤ ਦੇ ਦੂਜੇ ਦੂਰ ਦੁਰਾਡੇ ਸੂਬਿਆਂ ਦੇ ਸ਼ਹਿਰਾਂ 'ਚ ਫਸੀਆਂ ਮੁਸਲਮਾਨ ਬੱਚਿਆਂ ਨੂੰ ਸਿੱਖਾਂ ਨੇ ਕਸ਼ਮੀਰ ਵਿੱਚ ਉਹਨਾਂ ਦੇ ਘਰੀਂ ਸਹੀ ਸਲਾਮਤ ਪਹੁੰਚਾਇਆ ਸੀ। ਬੀਤੇ ਮੰਗਲਵਾਰ 17 ਨਵੰਬਰ ਨੂੰ ਸਿੱਖ ਕੌਂਸਲ ਯੂਕੇ ਵੱਲੋਂ ਜਾਰੀ ਐਲਾਨਨਾਮੇ ਵਿੱਚ ਕਿਹਾ ਹੈ ਕਿ ਜਿਵੇਂ ਕਿ ਇਤਿਹਾਸ ਵਿੱਚ ਵਾਪਰਿਆ ਹੈ, ਖਾਸ ਤੌਰ 'ਤੇ ਲੜਾਈਆਂ ਦੇ ਦੌਰਾਨ ਔਰਤਾਂ ਵਿਰੁੱਧ ਜਿਨਸੀ ਹਿੰਸਾ ਨੂੰ ਇੱਕ ਹਥਿਆਰ ਵਜੋਂ ਵਰਤਿਆ ਗਿਆ ਹੈ। ਸਿੱਖ ਗੁਰੂ ਸਾਹਿਬਾਨ ਨੇ ਅਜਿਹੀਆਂ ਅਣਮਨੁੱਖੀ ਪ੍ਰਥਾਵਾਂ ਦੀ ਸਖ਼ਤ ਮਨਾਹੀ ਕੀਤੀ ਹੈ ਅਤੇ ਸਿੱਖਾਂ ਦੇ ਉਹਨਾਂ ਖੇਤਰਾਂ ਦੀਆਂ ਔਰਤਾਂ ਦੀ ਸੁਰੱਖਿਆ ਕਰਨ ਦੇ ਬਹੁਤ ਸਾਰੇ ਇਤਿਹਾਸਕ ਬਿਰਤਾਂਤ ਹਨ ਜੋ ਉਹਨਾਂ ਦੇ ਦੁਸ਼ਮਣ ਨੂੰ ਜੰਗ ਵਿੱਚ ਹਰਾ ਕੇ ਆਪਣੇ ਕਬਜ਼ੇ ਵਿੱਚ ਲਏ ਸਨ। ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵਿਸ਼ਵ ਭਰ ਦੇ ਹੋਰ ਧਰਮਾਂ ਦੇ ਲੀਡਰਾਂ ਦੇ ਨਾਲ ਇਸ ਐਲਾਨਨਾਮੇ 'ਤੇ ਹਸਤਾਖਰ ਕੀਤੇ। ਸਿੱਖ ਕੌਂਸਲ ਯੂਕੇ 2019 ਦੇ ਸਕੱਤਰ ਜਨਰਲ ਗੁਰਮੇਲ ਸਿੰਘ ਨੇ ਕਿਹਾ ਕਿ ਅਜਿਹੇ ਮਹੱਤਵਪੂਰਨ ਐਲਾਨਨਾਮੇ ਵਿੱਚ ਯੋਗਦਾਨ ਪਾਉਣਾ ਮਾਣ ਵਾਲੀ ਗੱਲ ਹੈ। ਇਹ ਐਲਾਨਨਾਮਾ 16 ਨਵੰਬਰ ਨੂੰ ਪੋਲੈਂਡ ਦੁਆਰਾ ਆਯੋਜਿਤ ਕੀਤੇ ਗਏ ਸਾਲਾਨਾ ਧਾਰਮਿਕ ਮੰਤਰੀ ਮੰਡਲ ਸੰਮੇਲਨ ਵਿੱਚ ਜਾਰੀ ਕੀਤਾ ਗਿਆ। ਸਿੱਖ ਕੌਂਸਲ ਯੂਕੇ ਦੇ ਬੁਲਾਰੇ ਰਾਜਮਨ ਰਵਿੰਦਰ ਸਿੰਘ ਕੰਗ ਅਤੇ ਉਹਨਾਂ ਦੇ ਸਹਾਇਕ ਵਜੋਂ ਸਰਗਰਮ ਬੀਬੀ ਕਮਲਬੀਰ ਕੌਰ ਦੇ ਨਾਂ ਤੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਵਿੱਚ ਵਾਪਰ ਰਹੇ ਭਾਈਚਾਰਕ ਫਸਾਦਾਂ ਸਮੇਂ ਔਰਤਾਂ ਨੂੰ ਜਿਨਸੀ ਅਪਰਾਧਾਂ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖ ਕੌਂਸਲ ਇਸ ਦਾ ਸਖ਼ਤ ਵਿਰੋਧ ਕਰਦੀ ਹੈ। ਬੀਤੇ ਸਮੇਂ ਵਿੱਚ ਸਿੱਖ ਪਹਿਲਾਂ ਤੋਂ ਹੀ ਬੱਚੀਆਂ ਔਰਤਾਂ ਦੀ ਮਦਦ ਕਰਦੇ ਆਏ ਨੇ। ਬੀਤੇ ਸਾਲ ਵੀ ਜਦੋਂ ਭਾਰਤ ਨੇ ਕਸ਼ਮੀਰ ਦੀ ਧਾਰਾ 370 ਰੱਦ ਕਰਕੇ ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਖੋ ਲਏ ਸਨ ਤਾਂ ਭਾਰਤ ਦੇ ਦੂਜੇ ਦੂਰ ਦੁਰਾਡੇ ਸੂਬਿਆਂ ਦੇ ਸ਼ਹਿਰਾਂ 'ਚ ਫਸੀਆਂ ਮੁਸਲਮਾਨ ਬੱਚਿਆਂ ਨੂੰ ਸਿੱਖਾਂ ਨੇ ਕਸ਼ਮੀਰ ਵਿੱਚ ਉਹਨਾਂ ਦੇ ਘਰੀਂ ਸਹੀ ਸਲਾਮਤ ਪਹੁੰਚਾਇਆ ਸੀ। ਬੀਤੇ ਮੰਗਲਵਾਰ 17 ਨਵੰਬਰ ਨੂੰ ਸਿੱਖ ਕੌਂਸਲ ਯੂਕੇ ਵੱਲੋਂ ਜਾਰੀ ਐਲਾਨਨਾਮੇ ਵਿੱਚ ਕਿਹਾ ਹੈ ਕਿ ਜਿਵੇਂ ਕਿ ਇਤਿਹਾਸ ਵਿੱਚ ਵਾਪਰਿਆ ਹੈ, ਖਾਸ ਤੌਰ 'ਤੇ ਲੜਾਈਆਂ ਦੇ ਦੌਰਾਨ ਔਰਤਾਂ ਵਿਰੁੱਧ ਜਿਨਸੀ ਹਿੰਸਾ ਨੂੰ ਇੱਕ ਹਥਿਆਰ ਵਜੋਂ ਵਰਤਿਆ ਗਿਆ ਹੈ। ਸਿੱਖ ਗੁਰੂ ਸਾਹਿਬਾਨ ਨੇ ਅਜਿਹੀਆਂ ਅਣਮਨੁੱਖੀ ਪ੍ਰਥਾਵਾਂ ਦੀ ਸਖ਼ਤ ਮਨਾਹੀ ਕੀਤੀ ਹੈ ਅਤੇ ਸਿੱਖਾਂ ਦੇ ਉਹਨਾਂ ਖੇਤਰਾਂ ਦੀਆਂ ਔਰਤਾਂ ਦੀ ਸੁਰੱਖਿਆ ਕਰਨ ਦੇ ਬਹੁਤ ਸਾਰੇ ਇਤਿਹਾਸਕ ਬਿਰਤਾਂਤ ਹਨ ਜੋ ਉਹਨਾਂ ਦੇ ਦੁਸ਼ਮਣ ਨੂੰ ਜੰਗ ਵਿੱਚ ਹਰਾ ਕੇ ਆਪਣੇ ਕਬਜ਼ੇ ਵਿੱਚ ਲਏ ਸਨ। ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵਿਸ਼ਵ ਭਰ ਦੇ ਹੋਰ ਧਰਮਾਂ ਦੇ ਲੀਡਰਾਂ ਦੇ ਨਾਲ ਇਸ ਐਲਾਨਨਾਮੇ 'ਤੇ ਹਸਤਾਖਰ ਕੀਤੇ। ਸਿੱਖ ਕੌਂਸਲ ਯੂਕੇ 2019 ਦੇ ਸਕੱਤਰ ਜਨਰਲ ਗੁਰਮੇਲ ਸਿੰਘ ਨੇ ਕਿਹਾ ਕਿ ਅਜਿਹੇ ਮਹੱਤਵਪੂਰਨ ਐਲਾਨਨਾਮੇ ਵਿੱਚ ਯੋਗਦਾਨ ਪਾਉਣਾ ਮਾਣ ਵਾਲੀ ਗੱਲ ਹੈ। ਇਹ ਐਲਾਨਨਾਮਾ 16 ਨਵੰਬਰ ਨੂੰ ਪੋਲੈਂਡ ਦੁਆਰਾ ਆਯੋਜਿਤ ਕੀਤੇ ਗਏ ਸਾਲਾਨਾ ਧਾਰਮਿਕ ਮੰਤਰੀ ਮੰਡਲ ਸੰਮੇਲਨ ਵਿੱਚ ਜਾਰੀ ਕੀਤਾ ਗਿਆ।